ਇਹ ਜਰੂਰੀ ਹੈ ਜੀ ਖਾਲਸੇ ਨੂੰ ਵਰਦੀ ਪਾਵੇ, ਖਾਲਸਾ ਜੋ ਹੈ ਹਮੇਸ਼ਾ ਪੰਜ ਕਕਾਰ ਅਤੇ ਚੋਲਾ ਪਾ ਕੇ ਤਿਆਰ ਬਰ ਤਿਆਰ ਰਹੇ, ਇਹ ਗੱਲ ਪਾਉਣ ਜਿਹਨਾਂ ਨੇ ਲਈ ਉਹਨਾਂ ਵਾਸਤੇ ਜਰੂਰੀ ਹੈ ਜੀ? ਜੇ ਤਾਂ ਫੌਜ ਵਾਸਤੇ ਵਰਦੀ ਪਾਉਣੀ ਜਰੂਰੀ ਹੈ, ਜਿਹੜੀ ਸੰਸਾਰੀ ਹੈ ਫਿਰ ਤਾਂ ਖਾਲਸੇ ਫੌਜ ਵਾਸਤੇ ਵੀ ਜਰੂਰੀ ਹੈ। ਫੌਜੀ ਨੂੰ ਫੌਜੀ ਕਣਕ ਹੋਊ, ਕੋਈ ਜੇ ਵਰਦੀ ਪਾਈ ਹੋਈ ਹੈ ਤੇ ਵਰਦੀ ਪਾਈ ਨੀ, ਫੌਜੀ ਫੌਜੀ ਨੀ ਹੁੰਦਾ ਫਿਰ, ਖਾਲਸਾ ਵਰਦੀ ਤੋਂ ਹੀਣ ਖਾਲਸਾ ਰਹਿ ਨੀ ਜਾਂਦਾ। ਤੇ ਅੱਜ ਕੱਲ ਜਿੰਨਾ ਪਹੁਲ ਦਾ ਪ੍ਰਚਾਰ ਕਰਿਆ ਜਾਂਦਾ, ਪਹਿਲਾਂ ਤਾਂ ਕਹਿੰਦੇ ਆ ਇਹ ਅੰਮ੍ਰਿਤ ਹੈ, ਫੇਰ ਉਹ ਇਸ ਗੱਲ ਵਾਸਤੇ ਤਾਂ ਪੰਜ ਕਕਾਰਾਂ ਦੀ ਤਾਂ ਗੱਲ ਕਰਦੇ ਆ, ਪਰ ਉਹ ਚੋਲਾ ਉਹਦੀ ਕੋਈ ਗੱਲ ਨੀ ਕਰਦਾ ਜੀ। ਇਹ ਤਾਂ ਬੀੜਿਆਂ ਦਾ ਪ੍ਰਚਾਰ ਹੈ ਸਾਰਾ ਜੀ, ਜਿਹੜੇ ਦਸਮ ਪਾਤਸ਼ਾਹ ਤੋਂ ਖਿਲਾਫ ਸੀ ਨਾ ਸਾਰੇ, ਜਿਨ੍ਹਾਂ ਨੇ ਕਿਹਾ ਸੀ ਵੀ ਤੁਸੀਂ ਵਰਤਣਾ ਨੀ ਖਾਲਸੇ ਨੂੰ, ਇਹ ਉਹਨਾਂ ਦਾ, ਉਹਨਾਂ ਦੀਆਂ ਚਲਾਏ ਹੋਏ ਨੇ ਸਾਰੇ ਸੰਤ ਨੇ ਜਿਹੜੇ ਦੂਏ ਨੇ, ਤਾਂ ਉਹ ਬੀੜੇ ਬਸੰਤ ਰਾਮ ਰਈਏ ਧੀਰਮੰਦੀ ਉਹ ਹੈ ਸਾਰਾ ਟੋਲਾ। ਨਿਹੰਗ ਸਿੰਘ ਜਿਹੜੇ ਗੁਰੂ ਵਾਲੇ ਨੇ ਵਰਦੀ ਪਾਉਂਦੇ ਨੇ, ਗਿਆਨ ਉਹਨਾਂ ਕੋਲ ਵੀ ਹੈ ਨੀ, ਥੋੜਾ ਜੇ ਹੈ ਤਾਂ ਬਹੁਤ ਥੋੜਾ, ਇਹਨਾਂ ਨਾਲ ਗੱਲ ਸਰਦੀ ਨੀ ਬਣਦੀ ਨੀ। ਦਸਮ ਦੀ ਬਾਣੀ ਦਾ ਪਾਠ ਕਾਫੀ ਚਲਨ ਤਾਂ ਨਿਹੰਗ ਸਿੰਘਾਂ ਨੂੰ ਕਾਫੀ ਹਨ, ਕਰਦੇ ਨੇ, ਅਰਥਾਂ ਦਾ ਪਤਾ ਨੀ ਵਿਚਾਰਿਆਂ ਨੂੰ, ਅਰਥਾਂ ਤੋਂ ਅਨਪੜ ਹੈਗੇ ਨੇ ਉਹ, ਜਿਵੇਂ ਪੰਡਿਤ ਨੇ ਅਰਥ ਕਰਤੇ ਉਹਨਾਂ ਨੂੰ ਸੱਚ ਬੰਨੀ ਬੈਠੇ ਨੇ। ਹਾਂਜੀ, ਉਹ ਜਿਵੇਂ ਧੂ ਕਿਰਪਾਣਾ ਤਿੱਖੀਆਂ ਵੱਢ ਲਾਹਣ ਅੰਗਾ, ਉਹ ਤਾਂ ਸੋਚਦੇ ਆ ਵੀ ਇਹ ਬਾਹਰ ਹੀ ਕੰਮ ਕਰਨਾ, ਅੰਦਰ ਹੋ ਨੀ ਸਕਦਾ, ਬਾਹਰ ਦੀ ਗੱਲਬਾਤ ਤੇ ਵਿਸ਼ਵਾਸ ਹੈ, ਅੰਦਰ ਦਾ ਪਤਾ ਹੀ ਨਹੀਂ ਹੈ ਉਹਨਾਂ ਨੂੰ। ਕਿਰਪਾਨ ਲਿਖਿਆ ਇੱਥੇ ਵੈਸੇ, ਧੂ ਕਿਰਪਾਣਾ ਤਿੱਖੀਆਂ, ਕਿਰਪਾਨ ਤਾਂ ਕਿਰਪਾ ਦ੍ਰਿਸ਼ੀ ਦਾ ਨਾਮ ਹੈ, ਬਾਹਰ ਦੀ ਕਿਰਪਾਨ ਹੁੰਦੀ ਹੋਈ ਨਹੀਂ ਹੈ। ਅੱਛਾ, ਬਾਹਰ ਆਪਾਂ ਜੋ ਪਾਉਂਦੇ ਉਹਨੂੰ ਤਲਵਾਰ ਕਹਿਣਾ, ਆਪਾਂ ਕਿਰਪਾਨ ਨੀ ਕਹਿਣਾ ਜੀ। ਹਾਂ, ਇਹ ਤਾਂ ਤਲਵਾਰ ਹੈ, ਬਲਕਿ ਤਲਵਾਰ ਦੀ ਜਗ੍ਹਾ ਵੀ ਤਰਵਾਰ ਹੈ, ਰਾਰੇ ਨਾਲ ਹੈ, ਰਾਰੇ ਤੋਂ ਲੱਲਾ ਬਾਅਦ ਚ ਬਣਿਆ ਹੋਇਆ, ਇਹਦਾ ਵਾਰ ਤਾਰਾ ਹੈ, ਲਹੂ ਨਾਲੇ ਨਿਕਲਿਆ ਹੁੰਦਾ। ਅੱਛਾ, ਵੀ ਜਿਹਨੂੰ ਵਾਰ ਕਰਦੀ ਹੈ ਜਦੇ ਲਹੂ ਲੈ ਆਉਂਦੀ ਹੈ ਜੀ। ਹਾਂ, ਜਦੋਂ ਤਰ ਕਰ ਦਿੰਦੀ ਹੈ ਡੰਡਾ ਮਾਰੇ ਤਾਂ ਉਹਦਾ ਤਰ ਹੁੰਦਾ ਨੀ ਹੈ, ਖੂਨ ਨਾ ਭਿੱਜ ਜਾਂਦਾ, ਉਹ ਜੀ ਤਾਂ ਵੱਜਦੀ ਹੈ, ਆਪ ਵੀ ਭਿੱਜ ਜਾਂਦੀ ਹੈ ਕਈ ਵਾਰ। ਤਰ ਦਾ ਭਾਵ ਹੈਗਾ ਭੇਜਣਾ ਜੀ, ਤਰਾਈ ਨੀ ਕਰਦੇ ਮਿਲਣ ਵਾਲੇ। ਹਾਂਜੀ, ਜਿਹਦੇ ਤੇ ਵਾਰ ਹੁੰਦਾ ਉਹ ਭੇਜ ਜਾਂਦਾ। ਅੱਛਾ ਜੀ।